ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਮਿਹਨਤ ਕਾਫਸ਼ਾ ਕਰਕੇ ਖੂਬਸੂਰਤ ਔਰ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੋਣ ਲੱਗੇ। ਜਿਹੜੇ ਮੇਰੇ ਵੀਰ ਕਹਿੰਦੇ ਨੇ ਚੋਲਸਤਾਨੀ ਪਿਓਰ ਦੀ ਜਨਾਬੇ ਲਈ ਫਰੀਜ਼ਰ ਕਰਾਸ ਹੋਵੇ, ਮਾਸ਼ਾਅੱਲਾ ਬੜੇ ਪਿਆਰੇ ਪ੍ਰਿੰਟ ਦੇ ਵਿੱਚ ਦੋ ਥੱਬਿਆਂ ਦਾ ਆਰਡਰ ਕੁਆਲਿਟੀ ਔਰ ਮੁੱਠ ਮੁੱਠ ਤੋਂ ਤੇ ਰੁਕ ਰੁਕ ਤੋਂ ਜ਼ਿਆਦਾ ਥਣ ਜਨਾਬ। ਪਹਿਲੇ ਇਸ ਤੋਂ ਪਹਿਲੇ 3 ਤੋਂ 4 ਕਿਲੋ ਬੋਲਾ ਕੱਢਿਆ ਗਿਆ ਗਾਂ ਦਾ ਔਰ ਗਾਂ ਨੇ ਜੇਰ ਮੁਕੰਮਲ ਪਾ ਲਈਏ, ਯਾਨੀ ਕਿ ਅਸਲ ਰੀਜਨਲ ਪਹਿਲੇ ਬੋਲੇ ਦੀ ਚੁਆਈਏ, ਪਹਿਲੇ ਜਿਹੜਾ ਕੱਢਿਆ ਥਣ ਥੁਣ ਪਾਸ ਕੀਤੇ ਨੇ ਔਰ ਗਾਂ ਥੋੜ੍ਹੀ ਜਿਹੀ ਹੌਲੀ ਕੀਤੀ ਸੀ, ਬਹਿ ਖਲੋ ਜਾਵੇ ਜੇਰ ਪਾ ਲਵੇ ਔਰ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਤਸੱਲੀਆਂ ਕਰਾਉਂਦੇ ਪਏ ਹਾਂ ਔਰ ਇਹਨਾਂ ਨੂੰ ਕਹਿੰਦੇ ਨੇ ਪਿਓਰ ਚੋਲਸਤਾਨੀ ਫਰੀਜ਼ਰ ਕਰਾਸ, ਮਾਸ਼ਾਅੱਲਾ ਪ੍ਰਿੰਟ ਲਾਜਵਾਬ, ਥਣ ਬੜਾ ਕਮਾਲ ਦਾ, ਗਰਮੀ ਸਰਦੀ ਦੀ ਸ਼ਹਿਜ਼ਾਦੀ ਦੋਸਤੋ। ਮਾਝੇ ਅੱਲਾ ਦੇ ਫਜ਼ਲ ਨਾਲ ਜਿਹੜਾ ਮੇਰਾ ਵੀਰ ਲੈ ਜਾਏਗਾ ਅੱਲਾ ਦੇ ਫਜ਼ਲ ਨਾਲ ਦੁਆਵਾਂ 'ਚ ਯਾਦ ਆ ਤੇ ਵੀਰ ਨੂੰ ਹਮੇਸ਼ਾ ਤਰ੍ਹਾਂ ਕਰੇਗਾ, ਗਾਂ ਦੀ ਨਸਲ ਵੇਖਣੀ ਹੈ। ਮਗਰ ਜਨਾਬ ਪਟਿਆਲਾ ਵੱਛਾ ਹੈ ਔਰ ਤਸੱਲੀਆਂ ਕਰਾ ਰਿਹਾ ਮੈਂ ਆਪਣੇ ਵੀਰਾਂ ਦੇ ਭਰਾਵਾਂ ਦੋਸਤਾਂ ਦੀਆਂ ਔਰ ਹਰ ਗੱਲ ਆਪਣੇ ਵੀਰਾਂ ਨੂੰ ਦਿਖਾ ਰਿਹਾ। ਗਾਂ ਡਰਦੀ ਪਈ ਥੋੜ੍ਹੀ ਦੋਸਤੋ, ਇਹ ਲੈ ਖੁੱਲ ਕੇ, ਇਹ ਲੈ ਬੱਚਾ ਚੱਕ ਰਿਹਾ ਨਾਲ, ਗਾਂ ਨੇ ਬੱਚੇ ਤੋਂ ਬਿਨਾਂ ਨਹੀਂ ਤੁਰਨਾ, ਬੱਚੇ ਤੋਂ ਬਿਨਾਂ ਨਹੀਂ ਤੁਰਨਾ ਬਾਈ। ਜਨਾਬ ਲੋਲਾ ਚੋਲਸਤਾਨੀ ਵੱਛਾ ਹੈ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ, ਹਰ ਗੱਲ ਮੇਰੇ ਵੀਰ ਦੇਖਦੇ ਪਏ ਨੇ। ਬੜਾ ਪਿਆਰਾ ਵੱਛੀ ਦਾ ਕਰਾਸ, ਬੜੀ ਪਿਆਰੀ ਵੈੜ ਆ ਮੇਰੇ ਵੀਰਾਂ, ਦੇਖ ਲਈ ਹੈ, ਤਸੱਲੀਆਂ ਕਰਾਉਂਦੇ ਪਏ ਹਾਂ ਔਰ ਫਿਰ ਮੇਰੇ ਵੀਰ ਦੇਖ ਲੈਣ ਔਰ ਹਰ ਗੱਲ ਦੀਆਂ ਤਸੱਲੀਆਂ ਕਰ ਲੈਣ। ਚੁਆ ਕਰਾਵਾਂਗਾ ਆਪਣੇ ਵੀਰਾਂ ਦੀਆਂ ਤਸੱਲੀਆਂ ਕਰਾਵਾਂਗਾ, ਬਾਕੀ ਲੈਣੇ ਦੇ ਮੁਕੱਦਰ ਨੇ, ਸੌਦੇ ਦੋਸਤਾਂ ਨੂੰ ਸੀਬਾਂ ਦੇ ਨੇ। ਹਰ ਗੱਲ ਮੈਂ ਆਪਣੇ ਵੀਰਾਂ ਨੂੰ ਦਿਖਾ ਰਿਹਾ ਔਰ ਇਨਸ਼ਾਅੱਲਾ ਤਾਲਾ ਵੀਡੀਓ ਵੀ ਪਸੰਦ ਆਏਗੀ ਔਰ ਜਾਨਵਰ ਵੀ ਪਸੰਦ ਆਏਗਾ ਔਰ ਇਨਸ਼ਾਅੱਲਾ ਤਾਲਾ ਰੇਟ ਵੀ ਪਸੰਦ ਮੇਰੇ ਵੀਰਾਂ ਜ਼ਰੂਰ ਆਏਗਾ ਔਰ ਹਰ ਗੱਲ ਮੇਰੇ ਵੀਰਾਂ ਸਾਹਮਣੇ। ਸ਼ੌਕ ਮੇਰੇ ਵੀਰਾਂ ਦੇ, ਤੁਹਾਡਾ ਦੇਸ਼ ਪੰਜਾਬ ਟੀਵੀ ਆਪਣੇ ਸਭ ਸਬਸਕ੍ਰਾਈਬਰਾਂ ਦੇ ਸ਼ੌਕ ਪੂਰੇ ਕਰਾਉਂਦਾ ਹੈ। ਬੱਚਾ ਥੱਲੇ ਲਾਵਾਂਗੇ, ਬੱਚਾ ਥੱਲੇ ਲਾ ਕੇ ਚੁਆਈ ਕਰਾਉਣ ਲੱਗੇ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ। ਮਾਸ਼ਾਅੱਲਾ ਮਾਸ਼ਾਅੱਲਾ ਬੜੀ ਮਾਸ਼ਾਅੱਲਾ ਖੂਬਸੂਰਤ ਔਰ ਲਾਜਵਾਬ ਵੈੜ, ਏਡਾ ਖੂਨ, ਏਡਾ ਕਾਠ, ਏਡਾ ਜਨਾਬੇ ਲਾਜਵਾਬ ਜਾਨਵਰ, ਏਡਾ ਥਣ ਕਿਸੇ ਕੱਟ ਨੂੰ ਲੱਗਿਆ ਹੁੰਦਾ ਹੈ ਦੋਸਤੋ। ਹਰ ਗੱਲ ਮੇਰੇ ਵੀਰਾਂ ਸਾਹਮਣੇ ਔਰ ਤਸੱਲੀਆਂ ਕਰਾ ਰਿਹਾ। ਮਾਸ਼ਾਅੱਲਾ ਮਾਸ਼ਾਅੱਲਾ ਬੜੀ ਕਮਾਲ ਦੀ ਵੈੜ ਹੈ, ਅੱਲਾਹ ਤਾਲਾ ਜ਼ਿੰਦਗੀ ਕਰੇ, ਯਾਤੀ ਕਰੇ, ਬੜੀ ਕਮਾਲ ਦੀ। ਇਹ ਵੀਡੀਓ ਲੱਗਦੀ ਅੱਲਾਹ ਦੇ ਕਮਾਲ ਤੀਸਰੇ ਚੌਥੇ ਵਿਊਸ 'ਤੇ ਸੇਲ ਹੋ ਜਾਣੀ 3-4 ਮਿੰਟਾਂ 'ਚ ਹੀ, ਕਿਉਂਕਿ ਗਾਂ ਅੱਲਾਹ ਦੇ ਕਮਾਲ ਖਰੀ ਬਹੁਤ, ਲਾਜਵਾਬ ਬਹੁਤ, ਥਣ ਮੱਝ ਨਾਲੋਂ ਜ਼ਿਆਦਾ ਪਾਵਰ ਵਾਲਾ, ਮੱਝ ਤਰ੍ਹਾਂ ਗਰਮੀ ਸਰਦੀ ਦੀ ਸ਼ਹਿਜ਼ਾਦੀ ਔਰ ਸੋਹਲ ਨਹੀਂ ਹੈ ਔਰ ਵੈੜ ਦਾ ਦੂਜਾ ਸੂਆ ਹੈ। ਮਗਰ ਜਨਾਬ ਪਟਿਆਲਾ ਚੋਲਸਤਾਨੀ ਵੱਛਾ, ਇਸ ਪ੍ਰਿੰਟ ਦਾ ਵੱਛਾ ਹੀ ਬਹੁਤ ਘੱਟ ਜਾਂਦੀਆਂ ਨੇ ਮੇਰੇ ਵੀਰਾਂ ਨੂੰ ਪਤਾ ਹੈ। ਮਾਸ਼ਾਅੱਲਾ ਵੱਛਾ ਦਿੱਤਾ ਵੈੜ ਨੇ, ਬੜਾ ਖੂਬਸੂਰਤ, ਬਹੁਤ ਲਾਜਵਾਬ। ਚੁਆ ਵੇਖਣ ਮੇਰੇ ਵੀਰ, ਮਾਸ਼ਾਅੱਲਾ ਅੰਗੂਠੀ ਜਿਹੜਾ ਮੋਟਾ ਚੁਆ ਹੈ, ਇਹਦੇ ਵਿੱਚ ਨਾ ਕੋਈ ਛੱਟ, ਨਾ ਕੋਈ ਫਾਰ, ਨਾ ਕੋਈ ਮਰੋੜ ਹੈ। ਦੇਖੋ ਮੇਰੇ ਭਰਾ, ਮਾਸ਼ਾਅੱਲਾ ਚੁਆ ਬੜਾ, ਮਾਸ਼ਾਅੱਲਾ ਅੰਗੂਠੇ ਜਿਹੜੇ ਮੋਟੇ ਫਾਟਾ ਵੀ ਪੈਂਦੀਆਂ ਨੇ ਔਰ ਅੱਲਾਹ ਦੇ ਕੋਲ 6 ਇੰਚ ਦਾ ਜਿਵੇਂ ਪੈਪ ਖੁੱਲ ਗਿਆ, ਉਹ 4-5 ਦੇ ਬਹਿ ਜਾਂਦਾ ਗੱਲ ਦੂਰ ਹੋ ਕੈਮਰਾ, ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਉੱਥੇ ਬਹਿ ਕੇ ਥੋੜ੍ਹਾ ਜ਼ੂਮ ਕਰ ਲਓ ਵੀਡੀਓ, 4-5 ਦੇ ਬਹਿ।
ਜਿੰਨੇ ਮੇਰੇ ਵੀਰ ਗਵਾਲ ਦੇ ਵਿੱਚ ਨੇ, ਲਾਹੌਰ ਤੋਂ ਲੈ ਕੇ, ਕਰਾਚੀ ਤੋਂ ਲੈ ਕੇ, ਜਨਾਬੇ ਪਿੰਡੀ ਤੋਂ ਲੈ ਕੇ, ਮੇਰੇ ਵੀਰ ਜਿਹੜੇ ਜਿਹੜੇ ਸ਼ਹਿਰ 'ਚ ਪਾਕਿਸਤਾਨ ਦੇ ਵੱਸਦੇ ਨੇ ਵੱਡਿਆਂ 'ਚ, ਔਰ ਜਿਹੜੇ ਮੇਰੇ ਵੀਰ ਫੈਸਲਾਬਾਦੀਏ ਨੇ, ਜਿਹੜੇ ਮੇਰੇ ਵੀਰ ਚਨਿਓੜ ਦੇ ਨੇ, ਜਿਹੜੇ ਮੇਰੇ ਭਰਾ ਮੀਆਂ ਵਾਲੀ ਦੇ ਨੇ, ਜਿਹੜੇ ਮੇਰੇ ਵੀਰ ਜ਼ੋਰਾਬਾਦ ਕੁਸ਼ਾਬ ਦੇ ਜੁੜੇ ਹੋਏ ਨੇ, ਜਿਹੜੇ ਮੇਰੇ ਭਰਾ ਦੋਸਤ ਸਾਡੇ ਨਾਲ ਜਨਾਬੇ ਲਈ ਬਹਾਵਲਪੁਰ ਦੇ, ਜਨਾਬੇ ਲਈ ਮੁਲਤਾਨ ਦੇ, ਹਾਸਲਪੁਰ ਦੇ, ਜਨਾਬੇ ਲਈ ਬੁਰੇਆਲਾ ਵਿਆੜੀ ਦੇ, ਔਰ ਜਿੰਨੇ ਵੀ ਜਨਾਬੇ ਲਾਹੌਰ ਦੇ, ਕਸੂਰ ਦੇ, ਜਿੰਨੇ ਵੀ ਸਾਡੇ ਨਾਲ ਅਟੈਚ ਨੇ ਵੱਡੇ ਸ਼ਹਿਰਾਂ ਤੋਂ ਭਰਾ ਸਾਡੇ ਸਾਹੀਵਾਲ ਦੇ, ਅੱਲਾਹ ਦੇ ਹੁਕਮ ਨਾਲ ਇਹ ਗਾਂ ਨੂੰ 15 ਮਿੰਟ ਨਹੀਂ ਲੱਗੀ ਉਹਨੂੰ ਹੋਣਗੇ, ਜਿਹੜੇ ਗਵਾਲ ਨੂੰ ਸਮਝਦੇ ਨੇ ਅਤੇ ਗਵਾਲੀਏ ਤਗੜੇ ਮੇਰੇ ਭਰਾ ਨੇ, ਕਹਿੰਦੇ ਨੇ ਕਿ ਜੁਵੇਦ ਬਾਈ ਗਵਾਲ ਦੀ ਗਾਂ ਨਹੀਂ ਲੱਭਦੀ, ਲਾਕਿਆ ਫਿਰਿਆ, ਉਹਨਾਂ ਦੇ ਪੰਧ ਨੇੜੇ ਕਰ ਦਿੱਤੇ ਨੇ, ਇੰਨੇ ਨੇੜੇ ਕਰ ਦਿੱਤੇ ਨੇ, ਕਮਰੇ 'ਚ ਬਹਿਣ ਜਾਂ ਯੂਟਿਊਬ 'ਤੇ ਜਨਾਬੇ ਲਈ ਮੋਬਾਈਲ ਕੱਢਣ ਜਾਂ ਯੂਟਿਊਬ ਓਕੇ ਕਰਨਗੇ, ਤੁਹਾਡਾ ਦੇਸ਼ ਪੰਜਾਬ ਟੀ ਵੀ ਲਿਖਣਗੇ, ਸਾਰੇ ਪੰਧ ਦੂਰ ਹੋ ਜਾਣਗੇ, ਔਰ ਬਿਲਕੁਲ ਘਰ ਬੈਠਿਆਂ ਬੱਚਿਆਂ 'ਚ, ਫੈਮਲੀ 'ਚ, ਗੱਡੀ 'ਚ ਜਾਂਦਿਆਂ ਔਰ ਕਮਰੇ 'ਚ ਸੁੱਤੇ ਪਏ ਜਨਾਬੇ ਲਈ ਆਦ ਆ ਤਸੱਲੀ ਨਾਲ ਵੇਖ ਸਕਦੇ ਨੇ। ਅੱਲਾਹ ਦੇ ਫਜ਼ਲ ਨਾਲ ਇਹ ਵੀਰਾਂ ਦੇ ਪੰਧ ਨੇੜੇ ਕੀਤੇ ਨੇ, ਵੀਰਾਂ ਨੂੰ 200 ਕਿਲੋਮੀਟਰ ਤੁਰਨ ਦੀ ਕੋਈ ਲੋੜ ਨਹੀਂ, 1000 ਕਿਲੋਮੀਟਰ ਤੁਰਨ ਦੀ ਕੋਈ ਲੋੜ ਨਹੀਂ, ਵੀਰਾਂ ਨੂੰ ਘਰ ਬੈਠਿਆ ਲਾਜਵਾਬ ਔਰ ਮਿਆਰ ਦੇ ਜਾਨਵਰ ਲੱਭਣਗੇ ਅੱਲਾਹ ਦੇ ਹੁਕਮ ਨਾਲ, ਔਰ ਤੁਹਾਡੀ ਦਲੀਜ਼ ਤੱਕ 8 ਸਾਲ ਤੋਂ ਵੀਰਾਂ ਦੇ ਘਰ ਤੱਕ ਜਾਨਵਰ ਪਹੁੰਚਾਇਆ, ਜਿਹਨੇ ਔਨਲਾਈਨ ਲਿਆ ਉਹਨੂੰ ਵੀ ਕਿਹਾ ਵੈਲਕਮ, ਜਿਹੜਾ ਉੱਪਰ ਆਉਣਾ ਚਾਹੁੰਦਾ ਉਹ ਸਭ ਤੋਂ ਜ਼ਿਆਦਾ ਖੁਸ਼ ਹੁੰਦੀ ਹੈ, ਇਸੇ ਬਹਾਨੇ ਮੁਲਾਕਾਤ ਹੋ ਜਾਂਦੀ ਹੈ, ਡੰਗਰ ਦੀ ਵੀ ਹਰ ਗੱਲ ਦੀ ਤਸੱਲੀ ਹੋ ਜਾਂਦੀ ਹੈ। ਹਮੇਸ਼ਾ ਆਪਣੇ ਵੀਰਾਂ ਦੀ ਅੱਲਾਹ ਦੇ ਹੁਕਮ ਨਾਲ ਪੂਰੀ ਇੱਜ਼ਤ ਰਿਸਪੈਕਟ ਦਿੱਤੀ ਹੈ, ਜਿਹੜੇ ਤੁਹਾਡਾ ਦੇਸ਼ ਪੰਜਾਬ ਟੀ ਵੀ ਦੇ ਸਬਸਕ੍ਰਾਈਬਰ ਨੇ, ਉਹਨਾਂ ਨੂੰ ਇੱਕ ਫੈਮਲੀ ਆਪਣੀ ਸਮਝੀਏ, ਭਰਾ ਸਮਝੇ ਨੇ, ਔਰ ਇਨਸ਼ਾਅੱਲਾ ਤਾਲਾ ਜਿਹੜਾ ਵੀਰ ਆਉਂਦਾ ਉਹਦੇ ਪੂਰੇ ਦਿਲ ਦਾ ਜਿਹੜੀਆਂ ਹਸਰਤਾਂ ਜਿਹੜੀਆਂ ਦਿਲ ਦੀਆਂ ਹਸਰਤਾਂ ਨੇ ਉਹ ਵੀਰਾਂ ਦੀਆਂ ਪੂਰੀਆਂ ਕਰਾਈਦੀਆਂ ਨੇ, ਔਰ ਹਰ ਗੱਲ ਵੀਰਾਂ ਦੋਸਤਾਂ ਨੂੰ ਅੱਲਾਹ ਦੇ ਫਜ਼ਲ ਅਤੇ ਕਰਮ ਦੇ ਨਾਲ ਪੂਰੀ ਤਸੱਲੀ ਨਾਲ ਦਿਖਾਈ ਦੀਏ, ਕੋਈ ਵੀਰਾਂ ਦੀ ਗੱਲ ਨਜ਼ਰ ਤੋਂ ਓਝਲ ਨਾ ਰਹਿ ਜਾਵੇ। ਇਨਸ਼ਾਅੱਲਾ ਤਾਲਾ ਤੁਹਾਡਾ ਦੇਸ਼ ਪੰਜਾਬ ਟੀ ਵੀ ਨੇ ਤੁਹਾਡੇ ਲਈ ਕੰਮ ਕੀਤਾ ਔਰ ਕਰਦਾ ਰਹੇਗਾ, ਸਾਫ਼ ਸੁਥਰੇ ਔਰ ਲਾਜਵਾਬ ਜਾਨਵਰ ਲੈ ਕੇ ਆਪਣੇ ਵੀਰਾਂ ਲਈ ਹਾਜ਼ਰ ਹੋਣਗੇ, ਗੱਡੀ 'ਚ ਬੈਠੇ ਵੇਖ ਸਕਦੇ ਹੋ, ਸਫ਼ਰ ਕਰਦੇ ਵੀ ਵੇਖ ਸਕਦੇ ਹੋ ਵੀਡੀਓ, ਅੱਲਾਹ ਦੇ ਹੁਕਮ ਨਾਲ ਵੀਰਾਂ ਦੇ ਪੰਧ ਮੁਕਾਏ ਨੇ ਤੁਹਾਡੇ ਭਰਾ ਨੇ। ਮੇਰਾ ਵੀਰ ਭਰਾ ਇਨਸ਼ਾਅੱਲਾ ਤਾਲਾ ਇਹ ਜਿਹਾ ਲਾਜਵਾਬ ਜਾਨਵਰ ਅੱਲਾਹ ਦੇ ਹੁਕਮ ਨਾਲ ਦੋਸਤੋ ਰੋਜ਼ ਰੋਜ਼ ਨਹੀਂ ਆਉਂਦਾ, ਇਹ ਜਿਹਾ ਜਾਨਵਰ ਮਹੀਨਿਆਂ ਬਾਅਦ ਲੱਭਦੇ ਨੇ, ਸਾਲਾਂ ਬਾਅਦ ਲੱਭਦੇ ਨੇ। ਅੱਲਾਹ ਦੇ ਹੁਕਮ ਨਾਲ ਮੁੰਡਿਆਂ ਨੂੰ ਕਿਹਾ ਹੈ, ਇਹ ਜਿਹੜਾ ਮੁੰਡੇ ਦੇ ਕੋਲ ਆਪਾਂ ਪਹੁੰਚੇ ਹੋਏ ਹਾਂ, ਅਲੀ ਬੀਨ ਕੋਇਨ ਦੀ ਵੀਡੀਓ ਮੇਰੇ ਵੀਰਾਂ ਨੇ ਦੇਖੀਆਂ ਨੇ, ਜਿੰਨੀਆਂ ਵੀ ਲੱਗੀਆਂ ਨੇ, ਵਾਸ ਸਬਸਕ੍ਰਾਈਬਰ ਦੀ ਵੀਡੀਓ ਨਹੀਂ ਅਸੀਂ ਲਾ ਸਕਦੇ, ਜਿੰਨੀਆਂ ਵੀ ਲੱਗੀਆਂ ਨੇ ਇਹਦੇ ਤੋਂ ਅੱਜ ਵੀ ਰੇਟ ਪੁੱਛ ਸਕਦੇ ਆਪਾਂ ਵਾਜ਼ਾ, ਜਿੱਥੇ ਜਿੱਥੇ ਗਈਆਂ ਨੇ ਅੱਲਾਹ ਦੇ ਹੁਕਮ ਨਾਲ ਉਹ ਹੀ ਦੱਸਿਆ ਜਿੰਨੇ ਜਾਨਵਰ ਹੈ, ਔਰ ਵੀਡੀਓ ਤਾਂ ਨਹੀਂ ਲੱਗਣ ਦਾ ਹੁੰਦਾ ਗੁੰਜਾਇਸ਼, ਵੀਡੀਓ 3-3, 4-4 ਬਣੀਆਂ ਹੁੰਦੀਆਂ ਨੇ ਐਕਸਟਰਾ, ਅਗਰ ਵੀਡੀਓ ਲਾਈਏ ਜਨਾਬੇ ਦਿਨ ਦੇ ਵਿੱਚ 2 ਵੀਡੀਓ ਲਾਈਏ ਅਤੇ ਵਾਸ ਸਬਸਕ੍ਰਾਈਬਰ ਦੀ ਲਾਈਏ ਅਤੇ ਫਿਰ ਦੂਸਰੀ ਵੀਡੀਓ ਨੂੰ ਟਾਈਮ ਨਹੀਂ ਮਿਲਦਾ, ਇਸ ਲਈ ਇੱਕ ਵੀਡੀਓ ਲਾਈ ਦੀਏ ਜਾਂ 2 ਲਾਈ ਦੀਆਂ ਨੇ, ਸਿਰਫ ਔਰ ਸਿਰਫ ਜਾਨਵਰ ਸੇਲ ਵਾਲੀ ਲਾਈ ਦੀਏ, ਜਿਹੜਾ ਸੇਲ ਕਰਦੀ ਜਾਨਵਰ ਉਹ ਕਦੇ ਸ਼ੌਕ ਨਾਲ ਲਾਈਦਾ ਜਾਨਵਰ, ਔਰ ਰੋਜ਼ ਨਹੀਂ ਲਾਈਦੀ, ਲੋਕਾਂ ਤਰ੍ਹਾਂ ਡਰਾਮਾਬਾਜ਼ੀ ਨਹੀਂ ਕਰੀਦੀ। ਇਨਸ਼ਾਅੱਲਾ ਤਾਲਾ ਇਹ ਕੀਤਾ ਕੰਮ ਜਿਹੜਾ ਮੇਰੇ ਵੀਰਾਂ ਦੇ ਘਰ ਤੱਕ ਜਾਨਵਰ ਚਲਾ ਗਿਆ ਅੱਲਾਹ ਦੇ ਫਜ਼ਲ ਨਾਲ। ਕਈ ਵੀਰ ਕਹਿੰਦੇ ਨੇ ਕਿ ਯਾਰ ਦੁਬਾਰਾ ਦਿਖਾਓ ਨਾ ਕਿ ਜਾਨਵਰ ਨਜ਼ਰ ਹੋ ਜਾਂਦੀ ਦੁਬਾਰਾ, ਕਿਉਂਕਿ ਜਾਨਵਰ ਹੀ ਚੰਗਾ ਲਾਉਣਾ, ਲੋਕਾਂ ਤਰ੍ਹਾਂ ਇਹ ਜਾਂ ਨਹੀਂ ਲਾਉਣਾ ਕਿ ਜਨਾਬੇ ਲਈ ਵਿੱਚ ਵੀਡੀਓ 'ਤੇ ਲੱਗਦੀ ਜਨਾਬੇ ਲਈ ਗਾਂ ਹੋਵੇ, ਘਰ ਜਾ ਕੇ ਬੱਕਰੀ ਹੋਵੇ। ਅੱਲਾਹ ਦੇ ਹੁਕਮ ਨਾਲ ਪੂਰੀ ਵੱਡੀ ਗਾਂ, ਜੱਡੀ ਗਾਂ ਜਿਹਨੂੰ ਕਹਿੰਦੇ ਨੇ, ਪੂਰੇ ਖਿਲਾਰਾਂ ਵਾਲੀ, ਪੂਰੇ ਗੇਅਰ ਵਾਲੀ ਗਾਂ ਹੈ ਜਨਾਬ, ਔਰ ਜਿੰਨਾ ਪਾਵਾਂਗੇ ਅੱਲਾਹ ਦੇ ਫਜ਼ਲ ਨਾਲ ਇਸ ਵੈੜ ਕੋਲ ਲੈ ਲਾਂਗੇ, ਜਿੰਨਾ ਪਾਵਾਂਗੇ। ਖੂਬਸੂਰਤ ਔਰ ਲਾਜਵਾਬ ਜਾਨਵਰ ਮੇਰੇ ਵੀਰਾਂ ਸਾਹਮਣੇ ਬੋਲਾ ਮਿਣ ਕੇ ਵਿਖਾਵਾਂਗੇ, ਪੂਰੀਆਂ ਤਸੱਲੀਆਂ ਕਰਾਵਾਂਗੇ, ਭਰਾਵਾਂਗੇ।
ਬਿਲਕੁਲ ਸ਼ਰਾਫਤਾਂ ਬੜੀਆਂ ਨੇ ਇਹਦੇ ਚ ਅਲੀ ਬੀਨ, ਤੇਰੀ ਗੱਲ ਚ ਸ਼ੱਕ ਕੋਈ ਨੀ। ਏਡੀ ਸ਼ਰੀਫ, ਏਡੀ ਲਾੜੀ ਗਾ ਜਿਹਨੂੰ ਕਹਿੰਦੇ ਹੁੰਦੇ ਲਾੜੀ ਤੇ ਮਾਲਣ, ਇਹਦੀਆਂ ਜੰਮਦੀਆਂ ਨੀ ਨੇ ਇਹ ਮਾਲਣ ਤੇ ਲਾੜੀਆਂ ਤੇ ਲਾਡੀ ਗਾਂ ਅੱਲਾ ਦੇ ਹੁਕਮ ਨਾਲ। ਇਹਦਾ ਜਿਹੜਾ ਵੀ ਨਾਂ ਸਦੀਏ ਫੱਬਦਾ ਗਾਂ ਨੂੰ, ਇਹ ਨੀ ਕਿ ਜਨਾਬ ਨਾ ਕੁਛ ਲੈਂਦੇ ਪਈ ਹੋਈਏ, ਗਾਂ ਹੋਵੇ ਜਨਾਬ ਅਲੀ ਸਿਰਫ ਔਰ ਸਿਰਫ ਡੇਢ ਲੱਖ ਦੀ ਤੇ ਤਰੀਫਾਂ ਕਰਦੇ ਪਈਏ 6 ਲੱਖ ਵਾਲੀਆਂ, ਇਹ ਤਰੀਫ ਨਹੀਂ ਹੈ। ਗਾਂ ਦੇ ਬਾਰੇ ਦੱਸਦੇ ਪਏ ਤਸੱਲੀ ਨਾਲ, ਮੇਰੇ ਵੀਰਾਂ ਨੂੰ ਪਤਾ ਲੱਗੇ ਅੱਲਾ ਦੇ ਹੁਕਮ ਨਾਲ 5 ਲੱਖ ਵਾਲੀ ਨਾਲ ਗਾਂ ਚੋ ਲੈਣਗੇ ਅੱਲਾ ਦੇ ਹੁਕਮ ਨਾਲ, ਜਾਂ 6 ਲੱਖ ਵਾਲੀ ਨਾਲ ਦੁੱਧ ਪੁੱਤਰ ਇੰਨਾ ਨਹੀਂ ਹੋਵੇਗਾ। ਮੁੱਲ ਸ਼ੌਕ ਦੇ ਤਾਂ ਭਾਵੇਂ ਮੇਰੇ ਵੀਰ 8 ਲੱਖ ਪਾਰ ਲੈਣ। ਮੁੱਲ 8 ਲੱਖ ਵਾਲੀ ਵੀ ਪਾਰ ਲਓਗੇ ਤੇ ਇਹਦੇ ਨਾਲ ਚੋਵੋਗੇ 8 ਲੱਖ ਵਾਲੀ ਸਨੱਪ ਚ ਭਾਵੇਂ, ਪਰ ਸਨੱਪ ਚ ਇਹ ਜੀ ਚੋਲਸਤਾ ਨਹੀਂ, ਸਨੱਪ 8 ਲੱਖ ਵਾਲੀ ਦਾ ਵੀ ਵੇਲੀ ਉਹ ਖਤਮ ਕਰੇਗੀ। ਇਹਦਾ ਸਨੱਪੇ ਵੈੜ ਕੋਲੇ ਏਡਾ ਮਾਸ਼ਾਅੱਲਾ ਹੁਸਨ ਵੈੜ ਕੋਲੇ, ਇਨਸ਼ਾਅੱਲਾ ਤਾਲਾ ਜਿਹੜਾ ਮੇਰਾ ਵੀਰ ਲੈ ਗਿਆ ਦੁਆਵਾਂ 'ਚ ਯਾਦ ਕਰੇਗਾ ਇਨਸ਼ਾਅੱਲਾ ਤਾਲਾ। ਉਹ ਇੱਕ ਸਾਡਾ ਬੇਲੀ ਉਹ ਆਉਂਦਾ ਨਮਾਜ਼ ਪੜ੍ਹ ਕੇ ਦੁਆਵਾਂ ਕਰੋਗੇ, ਅੱਲਾ ਦੇ ਉਹਨਾਂ ਨਮਾਜ਼ ਪੜ੍ਹ ਕੇ ਦੁਆਵਾਂ ਕਰੇਗਾ ਜਿਹੜਾ ਮੇਰਾ ਭਰਾ ਲੈ ਗਿਆ ਹਾਂ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ। ਛੋਰ ਆਉਂਦੇ ਨਾਲ ਅੱਲਾ ਦੇ ਹੁਕਮ ਨਾਲ। ਬੜੇ ਦੁੱਧ ਪੁੱਤਰ ਵਾਲੀ ਗਾਂ, ਬੜੇ ਦੁੱਧ ਪੁੱਤਰ ਵਾਲੀ, ਇੰਨੀਆਂ ਬਾਲਟੀਆਂ ਕੋਈ ਭਰੇਗੀ ਤਾਂ ਗੱਲਾਂ ਆਉਣਗੀਆਂ। ਅੱਲਾ ਦੇਖੋ ਨਾ ਬਾਲਟੇ, ਅੱਲਾ ਦੇਖੋ ਨਾ ਕੋਈ ਭਰੇ, ਰੀਸਾ ਨਹੀਂ, ਰੀਸ ਵਾਸਤੇ ਵੀ ਅਕਲ ਹੋਣੀ ਚਾਹੀਦੀ ਸਿਆਣੇ ਕਹਿੰਦੇ ਨੇ। ਅੱਲਾ ਦੇਖੋ ਨਾ ਤੁਹਾਡਾ ਵੀਰ ਨੇ ਕੰਮ ਕਰਕੇ ਵਿਖਾਏ ਨੇ, ਤਸੱਲੀ ਨਾਲ ਜਾਨਵਰ ਆਪਣੇ ਵੀਰਾਂ ਦਵਾਏ ਨੇ, ਔਰ ਚੁਆਈਆਂ ਚੁਈਆਂ ਟ੍ਰੈਂਡ ਤੁਹਾਡੇ ਭਰਾ ਨੇ ਕੱਢੇ ਨੇ। ਪਹਿਲੇ ਲੋਕ ਜਿਵੇਂ ਆਸੇ ਪਾਸੇ ਵੀਡੀਓ ਲੱਗਦੀਆਂ ਫਿਰਦੀਆਂ ਨੇ, ਇਸ ਏਰੀਏ ਚ ਹਰ ਜਗ੍ਹਾ ਤੇ ਤੁਹਾਡੇ ਵੀਰ ਨੇ ਕੱਢਿਆ ਟ੍ਰੈਂਡ ਕਿ ਚੁਆਈ ਕਰਾਣੀ ਹੈ ਜਾਨਵਰ ਦੀ। ਇਹ ਤਸੱਲੀਆਂ ਤੁਹਾਡੇ ਵੀਰ ਨੇ ਕਰਾਉਣ ਦਾ ਵਾਸਤੇ ਸਹੀ ਨਹੀਂ। ਚੱਲ ਰੱਖ ਦੇ ਬਰਤਨ ਵੀ ਪੁੱਤਰ ਹੋਰ ਕੋਈ ਲੈ ਮਿਣਿਆ ਨੀ ਜਾਣਾ ਮਿਣਿਆ ਬਰਤਨ ਹੋਰ ਲੈ ਜਲਦੀ ਅਭੀ ਕੋਈ ਲੰਮੀ ਹੋ ਜਾਏ। ਅੱਖ ਮੁਰ ਗਿਆ ਛੋਟੇ ਟਾਈਮ ਲਾ ਦਿੱਤਾ ਘਰ ਤਾਂ ਬੂਹਾ ਖੋਲੀ ਹੱਥੇ ਜਦੋਂ ਘਰੇ ਬੰਦਾ ਫੜ ਜਾਂਦਾ ਬਾਦ ਮਾਰ ਬਰਤਨ ਅਸਲ ਜੋ ਨਾ ਲਿਆਂਦੇ ਸੀ ਪੂਰੇ ਹੀ ਉੱਪਰ ਭਰੇ ਗਏ ਮਾਸ਼ਾਅੱਲਾ ਗਾਂ ਦੁੱਧ ਪੁੱਤਰ ਵਾਲੀ ਇੰਨੀ ਕਿ ਉਹਨਾਂ ਲਿਆਂਦਾ ਸੀ ਗਣਾ ਭਜੇ 2 ਬਾਲਟੀਆਂ ਭਰ ਦੇਗੀ ਵੈਰ ਮਾਸ਼ਾਅੱਲਾ ਉਹਨੇ ਬਾਲਟੀਆਂ ਸਾਰੀਆਂ ਭਰਤੀਆਂ ਐਵੇਂ ਗੱਲ ਐਵੇਂ ਗੱਲ ਲੈ ਪੁੱਤਰ ਲੈ ਵੀਰੇ ਆਪਣ ਛੱਤੀ ਤੋਂ ਲਾ ਕੇ ਲਿਆਂਦਾ ਅੱਛਾ ਅੰਗੀਠੀਆਂ ਵਾਲੇ ਵੀ ਲਵਾ ਲਈ ਇਹਨਾਂ ਨੂੰ ਕਹਿੰਦੇ ਅੰਗੀਠੀਆਂ ਵਾਲੇ ਵੀ ਲਵਾ ਲੈਂਦੀਆਂ ਨੇ ਜੇ ਗਾਵਾਂ ਨਸਲੀ ਹੋਣ ਤਾਂ ਇਨਸ਼ਾਅੱਲਾ ਇੱਕ ਇਹ ਜਨਾਬ ਦੋ
ਇਹ ਜਨਾਬ ਤਿੰਨ, ਇਹ ਜਨਾਬ ਚਾਰ, ਬੋਲਾ ਇੰਨਾ ਕਾੜਾ ਵਿਹਦੇ ਪਰ ਲਹਿੰਦਾ ਨਹੀਂ ਪਿਆ ਦਿੱਖ, ਚਾਰ ਇਹ ਮਾਸ਼ਾਅੱਲਾ ਪੰਜ, ਇਹ ਜਨਾਬ ਛੇ, ਇਹ ਜਨਾਬ ਮਾਸ਼ਾਅੱਲਾ ਸੱਤ, ਚੱਲ ਇਹ ਜਨਾਬ ਮਾਸ਼ਾਅੱਲਾ ਅੱਠ, ਅੱਠ ਇਹ ਜਨਾਬ ਨੌ, ਇਹ ਜਨਾਬ ਦਸ, ਦਸ ਇਹ ਜਨਾਬ ਗਿਆਰਾਂ, ਉੱਪਰੇ ਤੋਂ ਚਾਰ ਗਿਆਰਾਂ, ਇਹ ਜਨਾਬ ਬਾਰਾਂ, ਇਹ ਜਨਾਬ ਮਾਸ਼ਾਅੱਲਾ ਤੇਰਾਂ, ਇਹ ਜਨਾਬ ਚੌਦਾਂ, ਇਹ ਜਨਾਬ ਪੰਦਰਾਂ, ਇਹ ਜਨਾਬ ਸੋਲਾਂ, ਇਹ ਜਨਾਬ ਸਤਾਰਾਂ, ਇਹ ਜਨਾਬ ਅਠਾਰਾਂ, ਇਹ ਜਨਾਬ ਅਠਾਰਾਂ ਉੱਨੀ, ਇਹ ਜਨਾਬ ਮਾਸ਼ਾਅੱਲਾ ਵੀਹ ਕਿਲੋ ਬੋਲਾ ਮੇਰੇ ਵੀਨਾ ਸਾਹਮਣੇ ਕੱਢਿਆ, ਔਰ ਇੱਕ ਭਾਈ ਅਲੀ ਬੀਨ ਵਾਲੀ ਨੇ 23 ਲੀਟਰ ਵੀ ਬੋਲਾ ਕੱਢਿਆ, ਔਰ ਇੱਕ ਨੇ ਰਿਕਾਰਡ ਅਲੀ ਬੀਨ ਦੀ ਗਾਂ ਦਾ ਤੋੜਾ ਸੀ ਜਿਹਨੇ 26 ਲੀਟਰ, ਉਹ ਹੈਗੀ ਸੀ ਆਪਣੇ ਜਨਾਬੇ ਲਈ ਜਰਸੀ, ਉਹ ਨਹੀਂ ਉਹਨੇ ਕੱਢਿਆ ਸੀ 23 ਲੀਟਰ, ਇੱਕ ਗਾਂ ਨੇ ਕੱਢਿਆ ਸੀ ਰਿਕਾਰਡ ਤੋੜਿਆ ਸੀ ਉਮੇਰ ਸ਼ਾਹ ਦੀ ਸੀ 26, ਵਰਨਾ ਰਿਕਾਰਡ ਸਿਰ 'ਤੇ ਅਲੀ ਬੀਨ ਦੇ ਰਿਹਾ 23 ਲੀਟਰ ਵਾਲਾ, ਔਰ ਅੱਜ ਵੀ ਅੱਲਾ ਦੇਖੋ ਨਾ 20 ਮਾਸ਼ਾਅੱਲਾ ਲੀਟਰ ਬੋਲਾ ਕੱਢਿਆ, ਉਸ ਤੋਂ ਪਹਿਲੇ ਕਿੰਨਾ ਕੱਢਿਆ ਹੈਗਾ ਸੀ ਬਈ ਤਕਰੀਬਨ 3-3.5 ਕਿਲੋ ਪਹਿਲੇ ਬੱਚੇ ਕੱਢ ਕੇ ਕੱਢਿਆ, ਯਾਨੀ ਕਿ 3 ਕਿਲੋ ਤਜਰਬੇ ਨਾਲ, ਅਗਰ ਉਹ ਵਿੱਚ ਪਾਈਏ ਤਾਂ ਮਾਸ਼ਾਅੱਲਾ ਵਾਕਿਆ ਉਹ ਪਿਛਲੇ ਦਾ ਰਿਕਾਰਡ 23 ਲੀਟਰ ਵਾਲਾ ਪੂਰਾ ਆਉਂਦਾ, ਪਰ ਫਿਰ ਵੀ ਮੇਰੇ ਵੀਰਾਂ ਦੇਖ ਲੈ ਮੱਛੀ ਖਰੀ ਵੀ ਬੜੀ, ਦੁੱਧ ਵੀ ਮੇਰੇ ਵੀਰਾਂ ਸਾਹਮਣੇ ਦਿਖਾਓ ਜੀ, ਗੋਸ਼ਤ ਵਾਲਾ ਵਾਨੇ ਕੈਮਰਾਮੈਨ ਸਭ ਦੁਬਾਰਾ ਦਿਖਾਓ, ਇਹ ਨੇ ਰੀਜਨਲ ਦੁੱਧ ਵਾਲੇ, ਇਹਨਾਂ ਨੂੰ ਕਹਿੰਦੇ ਨੇ ਚੋਲਸਤਾਨੀ ਕਰਾਸ ਸ਼ਹਿਜ਼ਾਦੀਆਂ, ਇਹਨਾਂ ਨੂੰ ਕਰਾਵਣ ਲੱਗਿਆ ਬੰਦਿਆਂ ਨੇ 10-10 ਸਾਲ, ਅੱਲਾ ਦੇ ਹੁਕਮ ਨਾਲ ਮਿਹਨਤਾਂ ਕੀਤੀਆਂ ਨੇ, ਚੋਲਸਤਾਨੀ ਪਿਓਰ ਲੈ ਕੇ ਪੂਰੀ ਜਨਾਬੇ ਚੋਲਸਤਾਨੀ ਖੇਵੜ ਜਨਾਬੇ ਧੱਕੇ ਖਾ ਕੇ, ਜਿਹੜੇ ਗਾਵਾਂ ਦੇ ਸ਼ੌਕੀਨ ਸਨ, ਜਿਹੜੇ ਗਾਵਾਂ ਦੇ ਰੱਖਣ ਵਾਲੇ ਸਨ ਨਾ, ਉਹਨਾਂ ਨੇ ਜਨਾਬੇ ਲਈ ਗਾਵਾਂ 'ਤੇ ਜਿਹਨਾਂ ਨੇ ਕੰਮ ਕੀਤਾ 10-10 ਸਾਲ ਰੋਲ ਕੇ, ਅਤੇ ਇਹ ਨਸਲਾਂ ਤਿਆਰ ਹੋਈਆਂ ਹੋਈਆਂ ਨੇ, ਇਹ ਮਾਸ਼ਾਅੱਲਾ ਉਹਨਾਂ ਗਾਵਾਂ 'ਚੋਂ ਹੀ ਹੈ ਕਿ ਜਿਹੜੀਆਂ 10 ਸਾਲ ਰੁਲਿਆ ਜਨਾਬੇ ਜੀ ਨਸਲ ਤਿਆਰ ਹੁੰਦੀ ਹੈ, ਔਰ ਤੁਹਾਡਾ ਦੇਸ਼ ਪੰਜਾਬੀ ਟੀਵੀ ਨੇ 10 ਸਾਲ ਵਾਲੇ ਪੰਥ ਵੀ ਮਿਟਾ ਦਿੱਤੇ, ਸਫ਼ਰ ਵੀ ਵੀਰਾਂ ਦੇ ਮਿਟਾ ਦਿੱਤੇ, ਦੂਰ ਬੈਠੇ ਲਾਹੌਰ ਬੈਠੇ ਕਰਾਚੀ ਬੈਠੇ ਪਿਸ਼ਾਵਰ ਬੈਠੇ ਜਿੱਥੇ ਮਰਜ਼ੀ ਪਿੰਡੀ ਬੈਠੇ ਪਾਕਿਸਤਾਨ ਦੇ ਜਿਸ ਕੋਨੇ 'ਚ ਬੈਠੇ ਵੀਰਾਂ ਦੇ ਘਰ ਦੇ ਦਲੀਸ ਤੱਕ ਜਾਨਵਰ ਪਹੁੰਚਾਈਦਾ, ਇਹ ਸਾਰੇ ਪੰਥ ਦੂਰ ਕਰ ਦਿੱਤੇ ਨੇ ਸਿਰਫ਼ ਔਰ ਸਿਰਫ ਯੂਟਿਊਬ ਦੇ ਜ਼ਰੀਏ, ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਤੁਹਾਡੇ ਲਈ ਕੰਮ ਕਰਦਾ ਰਹੇਗਾ, ਔਰ ਆਖਰੀ ਦਮ ਤੱਕ ਅੱਲਾ ਦੇ ਹੁਕਮ ਨਾਲ ਸੱਚ ਦੀ ਆਵਾਜ਼ ਦਿੰਦਾ ਰਹੇਗਾ। ਅਸਲਾਮ ਵਾਲੇਕੁਮ ਜੀ, ਭਾਈ ਅਲੀ ਬੀਨ ਕੀ ਹਾਲ ਚਾਲ ਨੇ, ਠੀਕ ਠਾਕ ਹੋ ਵੀਰੇ? ਭਾਈ ਅਲੀ ਬੀਨ ਮਾਸ਼ਾਅੱਲਾ ਸਵਾਦ ਆ ਗਿਆ, ਜਾਨਵਰ ਚੰਗਾ ਵੇਖ ਕੇ ਦਿਲ ਖੁਸ਼ ਹੁੰਦਾ, ਇੱਕ ਰੂਹ ਨੂੰ ਸਕੂਨ ਮਿਲਦਾ, ਜਿਹੜੇ ਸ਼ੌਕ ਵਾਲੇ ਨੇ ਲੈਣੇ ਦੇਣ ਤਾਂ ਮੁਕੱਦਰ ਹੁੰਦੇ ਨੇ, ਜਿਹੜੇ ਸ਼ੌਕੀਨ ਜ਼ਰਾਤ ਨੇ ਜਿਹੜੇ ਗਾਵਾਂ ਨੂੰ ਸਮਝਦੇ ਨੇ ਉਹਨਾਂ ਦੇ ਸ਼ੌਕ ਵੀ ਪੂਰੇ ਹੁੰਦੇ ਨੇ। ਇਹ ਗੱਲ ਹੁੰਦੀ ਹੈ ਠਾਠਾ ਬਾਠਾ ਅੱਲਾ ਦੇ ਹੁਕਮ ਨਾਲ ਹਰ ਬੰਦੇ ਨੂੰ ਨਹੀਂ ਲੱਭਦੀਆਂ, ਇਹ ਉਹਨਾਂ ਲੱਭਦੀਆਂ ਜਿਹੜੇ ਸ਼ੌਕ ਰੱਖਦੇ ਨੇ। ਇਹ ਮੇਰਾ ਵੀਰ ਦੱਸਣਾ, ਸ਼ੌਕ ਦੇ ਮੁੱਲ ਨਹੀਂ ਕਰਨੇ, ਵੇਚਣ ਵਾਲੇ ਮੁੱਲ ਕਰਨੇ ਨੇ, ਸ਼ੌਕ ਦਾ ਸਿਆਣੇ ਆਉਂਦੇ ਨੇ ਮੁੱਲ ਭਰਿਆ ਨਹੀਂ ਜਾਂਦਾ, ਜਿੰਨੇ ਦੀ ਆਪਣੀ ਸ਼ੈ ਨਾ ਮੁੱਲ ਆਪਾਂ ਉਹ ਕਰਨਾ। ਮੇਰਾ ਭਰਾ ਵੀਰਾਂ ਨੂੰ ਸਵਾਦ ਆ ਜਾਵੇ ਰੇਟ ਸੁਣਨ, ਅਤੇ ਆਖਣ ਜਵੇਦ ਬਾਈ ਨਾ ਉਹਨੇ ਤੇਰੀਆਂ ਤਰੀਫਾਂ ਤੱਕੀਆਂ, ਨਾ ਉਹਨੇ ਕਿਸੇ ਗੱਲ ਨੂੰ ਵੇਖਿਆ, ਉਹਨੇ ਹੱਕ ਅੱਲਾ ਦਾ ਰੇਟ ਕੀਤਾ, ਉਹ ਹੱਕ ਅੱਲਾ ਦਾ ਰੇਟ ਹੀ ਆਪਾਂ ਵੀਰਾਂ ਨਾਲ ਕਰਨਾ, ਸਾਫ਼ ਸੁਥਰਾ ਔਰ ਪਿਆਰ ਮੁਹੱਬਤ ਅਤੇ ਚਾਹਤ ਨਾਲ ਕਰਨਾ।
ਇਹ ਦੱਸਣਾ ਹੈ ਕਿ ਵੈਟ ਦਾ ਸੂਆ ਕਿੰਨਾ ਪਹਿਲੀ ਗੱਲ ਦੂਜਾ ਨੇ ਬਾਈ ਭਾਈਜਾਨ ਦੁੱਧ ਦਾ ਪਿਛਲੇ ਸੂਏ ਦਾ ਰਿਕਾਰਡ ਕੀ ਗਾ 22 ਲੀਟਰ ਦਾ ਬਾਈ ਜੀ 20 ਤੋਂ 22 ਲੀਟਰ ਦਾ ਤੇ ਭਾਈਜਾਨ ਆਪਣਾ ਗਾਂ ਨੂੰ ਚੋਂਦੇ ਕਿੰਨੀ ਦੇਰ ਰਹੇ ਨੇ ਪ੍ਰੈਗਨੈਂਟ ਤੋਂ ਬਾਅਦ ਤਕਰੀਬਨ ਬਾਈ ਨਾ 6 ਮਾਹ ਤੱਕ ਚੋਂਦੇ ਨੇ 3 ਮਾਹ ਛੱਡੀ ਮੇਰਾ ਭਰਾ ਚੂੜ ਨੀ ਬੋਲਣਾ ਇਹ ਗੱਲਾਂ ਸੱਚੀਆਂ ਤੂੰ ਕੀਤੀਆਂ ਨੇ ਕਿ 3 ਮਹੀਨੇ ਛੱਡੀਏ ਨਹੀਂ ਤਾਂ ਹੋਰ ਕੋਈ ਇੱਥੇ ਹੁੰਦਾ ਨਾ ਹਕੀਕਤ ਗੱਲ ਹੈ ਲਈ ਉਹਨੇ ਆਖਣਾ ਸੀ ਭਾਈ ਜੀ ਇਹ ਤਾਂ 15 ਦਿਨ ਪਹਿਲੇ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੱਚ ਦੀ ਗੱਲ ਹੀ ਹੋਣੀ ਚਾਹੀਦੀ ਭਾਈ ਅਲੀ ਬੀਨ ਪਿੱਛੇ ਦੀ ਜੇਰ ਦੀ ਹਰ ਗੱਲ ਦੀਆਂ ਗਰੰਟੀਆਂ ਜੇਰ ਪਾ ਲਈ ਮੁਕੰਮਲ ਕਰ ਲਈ ਜੇਰ ਪਾ ਲਈ ਬੜੀ ਹੋਏਗੀ ਮੇਰੇ ਕੋਲ ਤੁਸੀਂ ਲੇਟ ਹੋ ਗਿਆ ਮੈਂ ਫਿਰ ਬਾਹਰ ਚਲੋ ਵੀਡੀਓ ਮੈਨੂੰ ਕਿਉਂ ਗਰਮੀ ਚ ਬਹੁਤ ਮਾਰ ਜਾਂਦੀ ਅੱਛਾ ਮੇਰੇ ਭਰਾ ਨੇ ਦੱਸਣਾ ਕਿ ਵੀਡੀਓ ਤੋਂ ਸੈਂਡ ਹੋ ਜਾਏਗੀ ਜਿਹੜੇ ਵੀਰ ਦੇ ਲਈ ਵੀਡੀਓ ਵੀ ਸੈਂਡ ਕਰ ਦੇਣਗੇ ਸਬੂਤ ਦੇ ਦੇਵਾਂਗੇ ਸਾਰੇ ਇਹ ਦੱਸਣਾ ਪਿੱਛੇ ਦੀ ਵੀ ਗਰੰਟੀ ਹਰ ਚੀਜ਼ ਦੀ ਆਪਣੀ ਹਮੇਸ਼ਾ ਤਰ੍ਹਾਂ ਗਰੰਟੀ ਬਈ ਹੱਥਕੜਮੀ ਹੱਥਕੜਮੀ ਠੀਕ ਹੋ ਗਿਆ ਅਲੀ ਬੀਨ ਵੀਰੇ ਰੇਟ ਦੱਸ ਦੇ ਕਿ ਜਿਹੜਾ ਪੱਕਾ ਜਿਹਾ ਜਿਹੜਾ ਆਪਾਂ ਦੀ ਗਾਂ ਦਾ ਲੈਣਾ ਸੋਹਣਾ ਜਿਹਾ ਐ ਵੇਖ ਕੇ ਕੈਮਰੇ ਦੀ ਅੱਖ ਦੇ ਕੇ ਕਰ ਮੁੱਲ ਬਈ ਐਨ ਅੱਖਾਂ ਚੱਕਾ ਪਾ ਜਿੰਨਾ ਮਰਜ਼ੀ ਕਰ ਲਈਏ ਫਾਇਦਾ ਕੋਈ ਨਹੀਂ 3,15,000 ਦੀ ਆਪਾਂ ਵੈਟ ਦੇ ਦਿਆ 3,15,000 ਦੀ 3,15 ਚ ਪਿਆਰ ਮੁਹੱਬਤ ਚਾਹਤ ਡਿਸਕਾਊਂਟ ਕੋਈ ਵੀਰ ਕਰਾ ਦੇ ਕਰਾਂਗੇ ਥੋੜਾ ਬਹੁਤ ਜਨਾਬ 3,15,000 ਭਾਈ ਦੀ ਡਿਮਾਂਡ ਹੈ ਪਿਆਰ ਮੁਹੱਬਤ ਚਾਹਤ ਤੇ ਖਲੂਸ ਇਹਦੇ ਵਿੱਚ ਮੌਜੂਦ ਨੇ ਜਾਨਵਰ 16 ਨੇ ਸਾਫ ਸੁਥਰਾ ਖੁਰ ਤੋਂ ਲੈ ਕੇ ਔਰ ਜਨਾਬ ਨੱਕ ਦੀ ਮੁੱਛ ਤੱਕ ਔਰ ਖੁੱਤੀ ਦੇ ਵਾਲ ਤੋਂ ਲੈ ਕੇ ਪਿੱਛੇ ਪੂਛਲ ਦੇ ਐਂਡ ਵਾਲੇ ਵਾਲ ਤੱਕ ਖਰੀ ਗਾਂ ਅੱਲਾ ਦੇ ਆਪਣਾ ਇਹ ਜੀਆਂ ਤਸੱਲੀਆਂ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਦੇਗਾ ਜਿਹੜਾ ਮੇਰਾ ਭਰਾ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲੈਂਦੇ ਜੋ 0300 ਪੂਰਾ ਜੀ 510 ਜੀ 4051 ਇਸੇ ਨੰਬਰ 'ਤੇ ਆਪਦੇ ਭਰਾ ਨੂੰ ਰਾਬਤਾ ਕਰ ਸਕਦੇ ਹੋ ਵਟਸਐਪ 'ਤੇ ਇਸੇ 'ਤੇ ਜਨਾਬੇ ਲਈ ਕਾਲ ਨੰਬਰ 'ਤੇ ਕਰ ਸਕਦੇ ਹੋ ਅੱਜ ਦੀ ਵੀਡੀਓ ਨਾਲ ਆਪਣੇ ਵੀਰਾਂ ਅਤੇ ਭਰਾਵਾਂ ਦੋਸਤਾਂ ਨੂੰ ਅੱਲਾ ਨੀ ਗਵਾਨ ਔਰ ਇੱਕ ਮੈਂ ਆਪਣੇ ਭਰਾਵਾਂ ਨੂੰ ਦੱਸਦਾ ਜਾਵਾਂ ਜਿਹੜੇ ਮੇਰੇ ਭਰਾ ਨਾਰਾਜ਼ ਹੁੰਦੇ ਨੇ ਕਿਸੇ ਟਾਈਮ ਫੋਨ 'ਤੇ ਮਿਸਟੇਕ ਹੋ ਜਾਂਦੀ ਨਹੀਂ ਚੁੱਕਿਆ ਜਾਂਦਾ ਕਈ ਥਾਰਾਂ ਐਸੀਆਂ ਹੁੰਦੀਆਂ ਨੇ ਕਿ ਬਾਹਰ 'ਚ ਫਿਰਦਿਆਂ ਸਿਗਨਲ ਵੀ ਨਹੀਂ ਆਉਂਦੇ ਕੁਛ ਦਿਨਾਂ ਤੋਂ ਸਿਗਨਲ ਵੀ ਵੀਕ ਨੇ ਇਹ ਮੇਰੇ ਵੀਰਾਂ ਨੂੰ ਪਤਾ ਹੈ ਔਰ ਇਹ ਜਿਹੜਾ ਮੇਰੇ ਵੀਰ ਦੀ ਕਾਲ ਅੱਗੇ ਅੱਖਾਂ 'ਤੇ ਆਵੇ ਫੌਰੀ ਚੁੱਕੀ ਦੀ ਭਾਵੇਂ ਰਾਤ ਦਾ 1 ਵਜਿਆ ਆਵੇ ਕਿਸੇ ਟਾਈਮ ਮਿਸਟੇਕ ਹੋ ਜਾਂਦੀ ਹੈ ਉਹ ਵੀਰਾਂ ਦੀ ਦਿਲ ਆਜ਼ਾਰੀ ਹੋਈ ਹੈ ਮਾਜ਼ਰਤ ਹਜ਼ਾਰ 'ਤੇ ਕਰੋੜ ਵਾਰੀ ਮਾਜ਼ਰਤ ਕਰਨੇ ਆ ਔਰ ਅੱਜ ਦੀ ਵੀਡੀਓ ਨਾਲ ਦਿਓ ਇਜਾਜ਼ਤ ਅਲਾਨੀ ਵਾਰ ਪਾਕਿਸਤਾਨ ਜ਼ਿੰਦਾਬਾਦ।